ਸਾਨੂੰ ਅੱਜ ਸ਼ਾਮੀ ਤਕਰੀਬਨ 5:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋਂ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ। ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ। ਇੱਥੇ ਜਦੋਂ ਪਹੁੰਚੇ ਹਾਂ ਤਾਂ ਦੇਖਿਆ ਕਿ ਇੱਥੇ ਕੁਛ ਇੱਕ ਚੀਜ਼ ਜਿਹਦੇ 'ਚ ਕੋਈ ਪ੍ਰੈਸ਼ਰ ਜਿਹਦੇ 'ਚੋਂ ਨਿਕਲਿਆ ਹੋਵੇ, ਪ੍ਰੈਸ਼ਰ ਟਾਈਪ ਬਲਾਸਟ ਛੋਟਾ ਇੱਥੇ ਹੋਇਆ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਤੇ ਕੁਝ ਗਮਲੇ ਜਿਹੜੇ ਗਾਰਡਨ 'ਚ ਪਏ ਸੀ ਉਹਨਾਂ ਦਾ ਨੁਕਸਾਨ ਹੋਇਆ। ਅੱਗੇ ਦੀ ਤਫਤੀਸ਼ ਜਾਰੀ ਹੈ। CFSL ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ, ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਹਾਂ, ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ, ਸਾਡੇ ਆਫਿਸਰ ਇੱਥੇ ਹੈ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਦੇਵਾਂਗੇ। ਉਹ ਹਲੇ ਤਫਤੀਸ਼ ਦਾ ਵਿਸ਼ਾ ਹੈ ਜੀ, ਸਾਰਾ ਜੋ ਓਨਰਸ ਹੈ, ਟੈਨੈਂਟਸ ਹੈ, ਪਾਸਟ ਟੈਨੈਂਟਸ, ਪਾਸਟ ਓਨਰਸ ਹੈ, ਸਾਰਾ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਨਵੈਸਟੀਗੇਸ਼ਨ ਚ ਆਟੋ ਸਸਪੈਕਟਡ, ਆਟੋ ਜਿਹਾ ਆਇਆ ਮੈਮ, ਆਟੋ ਆਇਆ ਸਸਪੈਕਟਡ, ਉਹਦੇ ਚ ਹੁਣ ਇਨਵੈਸਟੀਗੇਸ਼ਨ। ਕੰਪਲੇਨਰ ਨੇ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਉੱਥੇ। ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ, ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੋਂ ਆਟੋ ਐਬਸਕੌਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮਸ ਹੁਣ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ। ਉਹ ਜੀ ਹਲੇ ਤਫਤੀਸ਼ ਦਾ ਵਿਸ਼ਾ, ਹਲੇ ਲੰਬੀ ਗੱਲ ਹੈ, ਉਹ ਹਲੇ ਸਾਰਾ ਅਸੀਂ ਕੰਪਲੇਨਰ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਮ ਬਲਾਸਟ ਹੈਜ਼ ਹੈਪਨਡ, ਵਾਟ ਇਜ਼ ਦ ਕੌਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ। CFSL ਦੀ ਟੀਮਸ ਇੱਥੇ ਆ ਗਈਆਂ, ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ। ਇਨੀਸ਼ੀਅਲ ਇਨਵੈਸਟੀਗੇਸ਼ਨ ਮੈਂ ਕੋਈ ਅਭੀ ਤੱਕ ਕੋਈ ਗੱਲ ਨਿਕਲ ਕਰ ਸਾਹਮਣੇ ਆਈ ਹੈ ਇਸ ਤਰ੍ਹਾਂ ਦੀ? ਨਹੀਂ, ਇਹ ਜਿਹੜੀ ਮੈਂ ਦੱਸੀਆਂ ਜੀ ਉਹੀ ਗੱਲਾਂ ਹੈ ਸਾਰੀਆਂ। ਤੇ ਹਜੇ ਕੋਈ ਜਾਨੀ ਨੁਕਸਾਨ ਤਾਂ ਮੈਂ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ, ਪ੍ਰਾਪਰਟੀ ਦਾ ਥੋੜਾ ਜਿਹਾ ਨੁਕਸਾਨ ਹੈ, ਉਹ ਪ੍ਰੈਸ਼ਰ ਬਲਾਸਟ ਕਰਕੇ ਹੋਇਆ ਤੇ ਅੱਗੇ ਅਸੀਂ ਦੇਖ ਰਹੇ ਹਾਂ ਹਲੇ। ਬਿਲਕੁਲ, ਤੁਸੀਂ ਦੇਖੋ ਕਿ ਆਖਰ ਜਿਵੇਂ SSP ਨੇ ਵੀ ਦੱਸਿਆ ਵੀ ਇੱਕ ਪ੍ਰੈਸ਼ਰ ਬਲਾਸਟ ਜ਼ਰੂਰ ਹੋਇਆ ਹੈਗਾ ਜਿਹਦੇ ਕਰਕੇ ਜਿਹੜੇ ਸ਼ੀਸ਼ੇ ਨੇ ਤੇ ਘਰ ਦੀ ਜਿਹੜੀ ਕੁਛ ਚੀਜ਼ਾਂ ਨੇਗੀਆਂ ਉਹਦਾ ਨੁਕਸਾਨ ਹੋਇਆ। ਪਰ ਜਿਸ ਤਰ੍ਹਾਂ ਦੇ ਨਾਲ ਬਲਾਸਟ ਹੁੰਦਾ ਤਾਂ ਇੱਕ ਆਟੋ ਜ਼ਰੂਰ ਹੈ, ਜਿਹੜੀ ਇੱਕ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ CCTV ਦੀਆਂ, ਕਿ ਉਹਦੇ ਵਿੱਚ ਇੱਕ ਆਟੋ ਜ਼ਰੂਰ ਆਇਆ ਜਿਸ 'ਚ ਦੋ ਲੋਕ ਸਵਾਰ ਸੀਗੇ ਤੇ ਹਾਲਾਂਕਿ ਹੁਣ ਕਾਫੀ ਟਾਈਮ ਤੋਂ ਬਾਅਦ ਜੇ ਦੇਖਿਆ ਜਾਵੇ ਜਦੋਂ ਪੁਲਿਸ ਟੀਮਾਂ ਬਾਹਰ ਨਿਕਲੀਆਂ ਨੇ ਤਾਂ CFSL ਦੀਆਂ ਟੀਮਾਂ ਹਜੇ ਵੀ ਮੌਕੇ ਤੇ ਮੌਜੂਦ ਨੇ ਤੇ ਜਿਹੜੇ ਮੌਕੇ ਤੇ ਤੱਥ ਨੇ ਜਿਹੜੇ ਜੁਟਾ ਰਹੇ ਨੇਗੇ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਜਿਹੜਾ ਇਹ ਬਲਾਸਟ ਹੋਇਆ ਉਹਦੇ 'ਚ ਕੀ ਚੀਜ਼ਾਂ ਸੀਗੀਆਂ ਤੇ ਉਹਦੇ ਨਾਲ ਹੀ ਜੇ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਇਹ ਬਲਾਸਟ ਹੋਇਆ ਤੇ ਉਹਦੇ ਵਿੱਚ ਕਿਹਾ ਜਾ ਸਕਦਾ ਕਿ SSP ਦਾ ਕਹਿਣਾ ਵੀ ਇਹ ਜਿਹੜਾ ਘਰ ਹੈ, ਕਿਉਂਕਿ ਹੁਣ ਅਜੇ ਤੱਕ ਦੱਸਿਆ ਜਾ ਰਿਹਾ ਵੀ ਇੱਕ ਕਿਸੇ ਸਾਬਕਾ ਪੁਲਿਸ ਮੁਲਾਜ਼ਮ ਦਾ ਘਰ ਹੈ, ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੂਰੀ ਕਲੀਅਰ ਜਿਹੜੀ ਸਪਸ਼ਟ ਹੈ ਜਿਹੜੀ ਉਹ ਨਹੀਂ ਦੱਸ ਪਾ ਰਹੀ ਹੈਗੀ ਹੈ। ਜਿਹੜਾ ਕਿ ਬਲਾਸਟ ਹੋਇਆ ਤਾਂ ਇਸ ਜਗ੍ਹਾ ਤੇ ਉੱਤੇ ਗਿਰਦਾ, ਉਦੋਂ ਬਾਅਦ ਦੇ ਵਿੱਚ ਜਿਵੇਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਜਿੱਥੋਂ ਸੈਂਪਲ ਨੇ ਜਿਹੜੇ ਲਏ ਜਾ ਰਹੇ ਨੇਗੇ ਤਾਂ ਪ੍ਰੈਸ਼ਰ ਬਲਾਸਟ ਪੁਲਿਸ ਹਾਲਾਂਕਿ ਦੱਸ ਰਹੀ ਹੈ। ਉਸ ਜਗ੍ਹਾ ਤੇ ਤੁਸੀਂ ਦੇਖੋ ਕਿ ਜਿਵੇਂ ਜ਼ਮੀਨ ਕੋਈ ਪੱਟ ਦਿੱਤੀ ਗਈ ਹੁੰਦੀ ਹੈ ਤਾਂ ਜਦੋਂ ਕੋਈ ਉੱਥੇ ਵਿਰੋਧੀ ਚੀਜ਼ ਗਿਰੀ ਹੈ ਤਾਂ ਉਦੋਂ ਬਾਅਦ ਤੁਸੀਂ ਦੇਖੋ ਜਿਹੜੀਆਂ ਤਸਵੀਰਾਂ ਨੇਗੀਆਂ ਕਿ ਉਸ ਜਗ੍ਹਾ ਨੂੰ ਹੈ ਜਿਹੜਾ ਪੱਟ ਦਿੱਤਾ ਗਿਆ, ਹਾਲਾਂਕਿ ਉਸੇ ਜਗ੍ਹਾ ਦੇ ਨਮੂਨੇ ਨੇ ਜਿਹੜੇ ਲਿੱਤੇ ਜਾ ਰਹੇ ਨੇ ਕਿ ਆਖਰ ਇਹ ਬਲਾਸਟ ਹੋਇਆ ਕਾਹਦੇ ਨਾਲ ਹੈਗਾ, ਕਿਉਂਕਿ ਹੁਣ ਤੱਕ ਕੋਈ ਹੈਂਡ ਗ੍ਰੈਂਡ ਗ੍ਰੇਨੇਡ ਕਹਿ ਰਿਹਾ, ਕੋਈ ਇਹ ਗੱਲ ਕਹਿ ਰਿਹਾ ਹੈਗਾ ਕਿ ਇਸ ਬਲਾਸਟ ਦੇ ਜਿਹੜਾ ਕਿ ਜਿਵੇਂ ਕਿ ਪੁਲਿਸ ਨੇ ਕਿਹਾ ਵੀ ਪ੍ਰੈਸ਼ਰ ਬਲਾਸਟ ਸੀ, ਕਿਉਂਕਿ ਪ੍ਰੈਸ਼ਰ ਬਲਾਸਟ ਤਾਂ ਅਸੀਂ ਹਰ ਇੱਕ ਉਸ ਬਲਾਸਟ ਨੂੰ ਕਹਿ ਦਿੰਦੇ ਹਾਂ ਜਦੋਂ ਬਲਾਸਟ ਹੁੰਦਾ ਹੈਗਾ ਤਾਂ ਉਸ ਤੋਂ ਬਾਅਦ ਜਿਹੜਾ ਪ੍ਰੈਸ਼ਰ ਕ੍ਰੀਏਟ ਹੁੰਦਾ, ਤਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਹੁਣ ਲਗਾਤਾਰ ਇਨਵੈਸਟੀਗੇਸ਼ਨ ਅੱਗੇ ਵਧੂਗੀ, ਘਰ ਜਿਹੜਾ ਕਿਸੇ NRI ਦਾ ਦੱਸਿਆ ਜਾਂਦਾ ਵਿੱਚ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਕਰੋ 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 ਕਰੋ
ਤੇ ਨਾਲ ਨਾਲ ਗੱਲ ਹੁਣ ਇਹ ਹੈ ਕਿ ਇਹਦੀ ਅੱਗੇ ਇਨਵੈਸਟੀਗੇਸ਼ਨ ਦਾ ਵਿਸ਼ਾ ਰਹੂਗਾ ਕਿਉਂਕਿ ਵੱਡੇ ਤੌਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਇੱਕ ਸੈਕਟਰ 10 ਵਰਗੇ ਖੇਤਰ ਦੇ ਵਿੱਚ ਜਦੋਂ ਕਿਤੇ ਬਲਾਸਟ ਹੋਵੇ ਤਾਂ ਪੁਲਿਸ ਲਈ ਵੀ ਹੁਣ ਇੱਕ ਚੁਣੌਤੀ ਬਣ ਗਈ ਹੈ ਕਿ ਇਸ ਤਰ੍ਹਾਂ ਦੇ ਨਾਲ ਕਿਸ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ, ਪਰਿਵਾਰ ਦੀ ਕੀ ਖੁੰਦਕ ਹੈ ਜਾਂ ਕਿਸੇ ਤਰ੍ਹਾਂ ਦੇ ਨਾਲ ਕਿਸੇ ਦੇ ਨਾਲ ਦੁਸ਼ਮਣੀ ਹੈ, ਕਿਉਂਕਿ ਜਿੰਨੀ ਅਸੀਂ ਜਿਹੜੇ ਆਏ ਸੀਗੇ ਮਕਾਨ ਦੇ ਮਾਲਕ ਨੇਗੇ ਰੇਡੀ, ਉਹਨਾਂ ਦਾ ਕਹਿਣਾ ਸੀਗਾ ਵੀ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੈ ਨਹੀਂ ਗੀ, ਪਰ ਉਹਦੇ ਬਾਵਜੂਦ ਜਦੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਤਾਂ ਸਿੱਧੇ ਤੌਰ 'ਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿ ਆਖਿਰ ਫਿਰ ਕਿਸ ਵਜ੍ਹਾ ਦੇ ਕਰਕੇ ਆ ਜਿਹੜਾ ਇਹ ਹਮਲਾ ਉਹ ਕਰਿਆ ਜਾਂਦਾ, ਕਿਉਂਕਿ ਟਾਰਗੇਟ ਜਿਸ ਤਰ੍ਹਾਂ ਦੇ ਨਾਲ ਕਰਿਆ ਗਿਆ ਸੀਗਾ, ਜਿਹੜੀ ਜਗ੍ਹਾ ਤੁਸੀਂ ਦੇਖੀ ਹੈਗੀ ਤਾਂ ਉਹ ਬਿਲਕੁਲ ਉਸ ਤੋਂ ਬਾਅਦ ਕਹਿ ਸਕਦੇ ਹਾਂ ਵੀ ਘਰ ਦੇ ਲੋਕ ਨੇ ਜਿਹੜੇ ਉਸ ਜਗ੍ਹਾ ਤੋਂ ਅੰਦਰ ਸੀਗੇ, ਜਿਵੇਂ ਤਰ੍ਹਾਂ ਦੇ ਨਾਲ ਉਹਨਾਂ ਨੇ ਜਾਣਕਾਰੀ ਹੈ ਜਿਹੜੀ ਹੁਣ ਤੱਕ ਸਾਂਝੀ ਕਰੀ ਹੈ। ਪਰ ਗੱਲ ਇਹ ਹੈ ਵੀ ਇਹਦਾ ਪੂਰਾ ਇੱਕ ਜਾਂਚ ਦਾ ਵਿਸ਼ਾ ਇਹ ਰਹੂਗਾ, ਬਲਾਸਟ ਕਰਨ ਵਾਲੇ ਕੌਣ ਸੀਗੇ, ਕੀ ਰੰਜਿਸ਼ ਸੀ ਅਤੇ ਆਖਰ ਕਿੱਥੇ ਤੱਕ ਇਹਦੇ ਤਾਰ ਨੇ ਜਿਹੜੇ ਉਹ ਜੁੜੇ ਹੋਏ ਨੇ। ਸੀਨੀਅਰ ਵੀਡੀਓ ਨਿਊਜ਼ ਤੋਂ ਮਿੱਤਰ ਦੇ ਨਾਲ ਸੁਮਿਤ ਸਿੰਘ, ਰੋਜ਼ਾਨਾ ਸੁਖਸਨ ਟੀਵੀ, ਚੰਡੀਗੜ੍ਹ।